ਇਸ ਵੀਡੀਓ ਵਿੱਚ ਆਪਾਂ ਪ੍ਰੀਤੀ ਸਪਰੂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1982 ਵਿੱਚ ਕੀਤੀ ਅਤੇ ਹੁਣ ਤੱਕ ਵੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਐਕਟਿਵ ਨੇ। ਕਿੱਤੇ ਵਜੋਂ ਐਕਟਰ, ਸਕ੍ਰਿਪਟ ਰਾਈਟਰ, ਡਾਇਰੈਕਟਰ ਅਤੇ ਪ੍ਰੋਡਿਊਸਰ ਨੇ। ਪਹਿਲੀ ਪੰਜਾਬੀ ਫਿਲਮ ਰਹੀ ਸਰਪੰਚ ਜੋ 1982 ਵਿੱਚ ਆਈ। ਅਵਾਰਡਸ ਦੀ ਗੱਲ ਕਰੀਏ ਤਾਂ ਪੰਜਾਬ ਰਤਨ ਅਵਾਰਡ, ਹਮਦਰਦ ਅਵਾਰਡ ਅਤੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲ ਚੁੱਕੇ ਨੇ ਪ੍ਰੀਤੀ ਜੀ ਨੂੰ। ਇਹਨਾਂ ਦੇ ਫਾਦਰ ਅਤੇ ਬ੍ਰਦਰ ਵੀ ਐਕਟਰ ਰਹੇ ਨੇ ਅਤੇ ਮਦਰ ਫਿਲਮ ਪ੍ਰੋਡਿਊਸਰ ਸੀਗੇ। ਜੰਮੇ ਭਲੇ ਕਸ਼ਮੀਰੀ ਪੰਡਿਤ ਫੈਮਿਲੀ ਵਿੱਚ ਅਤੇ ਕੈਰੀਅਰ ਦੀ ਸ਼ੁਰੂਆਤ 'ਚ ਕੁਝ ਹਿੰਦੀ ਫਿਲਮਾਂ 'ਚ ਛੋਟੇ ਛੋਟੇ ਰੋਲ ਕੀਤੇ ਅਤੇ ਫਿਰ ਸ਼ਸ਼ੀ ਕਪੂਰ ਅਤੇ ਸੰਜੇ ਦੱਤ ਦੀ ਮੂਵੀ ਜ਼ਮੀਨ ਅਸਮਾਨ ਦੀ ਸਕ੍ਰਿਪਟ ਲਿਖੀ ਜੋ ਕਿ ਸੁਪਰ ਹਿੱਟ ਰਹੀ। ਇਸ ਟਾਈਮ ਹੀ ਪੰਜਾਬੀ ਫਿਲਮ ਇੰਡਸਟਰੀ ਤੋਂ ਵੀ ਆਫਰਸ ਆਉਣ ਲੱਗੀ ਅਤੇ ਬੈਕ ਟੂ ਬੈਕ ਸੁਪਰ ਹਿੱਟ ਪੰਜਾਬੀ ਫਿਲਮਾਂ 'ਚ ਵੀ ਲਾਜਵਾਬ ਅਦਾਕਾਰੀ ਵਿਖਾਈ, ਜਿਨ੍ਹਾਂ ਵਿੱਚ ਨਿੰਮੋ ਅਤੇ ਯਾਰੀ ਜੱਟ ਦੀ ਕਾਫੀ ਮਸ਼ਹੂਰ ਹੋਈਆਂ। 1990 ਵਿੱਚ ਪ੍ਰੀਤੀ ਨੇ ਕੁਰਬਾਨੀ ਜੱਟ ਦੀ ਮੂਵੀ ਡਾਇਰੈਕਟ ਅਤੇ ਪ੍ਰੋਡਿਊਸ ਕੀਤੀ ਅਤੇ ਇਹਦੀ ਸਕ੍ਰਿਪਟ ਵੀ ਖੁਦ ਹੀ ਲਿਖੀ ਅਤੇ ਸਕਸੈਸਫੁਲ ਵੀ ਕਾਫੀ ਰਹੀ। ਲੰਬੀ ਬ੍ਰੇਕ ਤੋਂ ਬਾਅਦ 2019 ਦੀ ਫਿਲਮ ਕਾਕੇ ਦੇ ਵਿਆਹ 'ਚ ਅਹਿਮ ਭੂਮਿਕਾ 'ਚ ਨਜ਼ਰ ਆਏ ਪ੍ਰੀਤੀ ਸਪਰੂ। ਇੱਦਾਂ ਦੀਆਂ ਹੋਰ ਇੰਟਰਸਟਿੰਗ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ।